ਇਸ ਵਾਰ ਲੋਕ ਸਭਾ ਚੋਣਾਂ ਦੇ ਵਿੱਚ ਇਲੈਕਸ਼ਨ ਕਮਿਸ਼ਨ ਦੀ ਖਾਸ ਨਜ਼ਰ ਉਸ ਮੀਡੀਆ ਦੇ ਉੱਪਰ ਹੈ ਜਿਹੜੇ ਪੇਡ ਸਟੋਰੀਆਂ ਨੂੰ ਕਿਤੇ ਨਾ ਕਿਤੇ ਪ੍ਰਮੋਟ ਕਰਦੇ ਨੇ। ਸਿਆਸੀ ਜਿਹੜੇ ਲੀਡਰ ਨੇ ਉਹਨਾਂ ਦੀ ਬਿਆਨਬਾਜ਼ੀ ਦੇ ਉੱਪਰ ਵੀ ਇਲੈਕਸ਼ਨ ਕਮਿਸ਼ਨ ਦੀ ਤਿਰਛੀ ਨਜ਼ਰ ਆ ਰਹੀ ਹੈ। ਤੁਸੀਂ ਵੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਕਿ ਸਪੈਸ਼ਲ ਕੰਟਰੋਲ ਰੂਮ ਨੇ ਜਿਹੜੇ ਬਣਾਏ ਗਏ ਨੇ ਜਿਸ ਦੇ ਉੱਪਰ ਮੀਡੀਆ ਦੇ ਜਿਹੜੇ ਵੱਡੇ ਹਾਊਸਿਸ ਨੇ ਉਹਨਾਂ ਦੀ ਸਕਰੀਨਿੰਗ ਕੀਤੀ ਜਾਂਦੀ ਹੈ। ਖਾਸ ਤੌਰ 'ਤੇ ਤੁਸੀਂ LCDਆਂ ਦੇਖੋ ਜਿਸ ਦੇ ਵਿੱਚ ਅਲੱਗ ਅਲੱਗ ਨਿਊਜ਼ ਚੈਨਲ ਨੇ ਉਹ ਤੁਹਾਨੂੰ ਚੱਲਦੇ ਹੋਏ ਨਜ਼ਰ ਆ ਰਹੇ ਨੇ। ਔਰ ਦੂਸਰੇ ਪਾਸੇ ਸੋਸ਼ਲ ਮੀਡੀਆ ਦੇ ਉੱਪਰ ਵੀ ਇਲੈਕਸ਼ਨ ਕਮਿਸ਼ਨ ਦੀ ਪੈਨੀ ਨਜ਼ਰ ਹੈ, ਕਿਉਂਕਿ ਸੋਸ਼ਲ ਮੀਡੀਆ ਦੇ ਉੱਪਰ ਵੀ ਕਾਫੀ ਵੱਡੀ ਗਿਣਤੀ 'ਚ ਇਸ ਤਰ੍ਹਾਂ ਦੀਆਂ ਖਬਰਾਂ ਦਾ ਪ੍ਰਚਾਰ ਕੀਤਾ ਜਾਂਦਾ ਹੈ ਜਿਹੜੀਆਂ ਕਿਤੇ ਨਾ ਕਿਤੇ ਸਹੀ ਨਹੀਂ ਹੁੰਦੀਆਂ ਜਾਂ ਪੇਡ ਹੁੰਦੀਆਂ ਨੇ। ਉਸ ਨੂੰ ਲੈ ਕੇ ਵੀ ਸਪੈਸ਼ਲ ਤੌਰ 'ਤੇ ਹਰ ਜਗ੍ਹਾ ਦੇ ਉੱਪਰ ਇਸ ਤਰ੍ਹਾਂ ਦੇ ਕੰਟਰੋਲ ਰੂਮ ਨੇ ਜਿਹੜੇ ਬਣਾਏ ਗਏ ਨੇ, ਚਾਹੇ ਉਹ ਨਿਊਜ਼ ਪੇਪਰ ਦੀਆਂ ਖਬਰਾਂ ਹੋਣ, ਚਾਹੇ ਸੋਸ਼ਲ ਮੀਡੀਆ 'ਤੇ, ਚਾਹੇ ਜਿਹੜਾ ਟ੍ਰੈਂਡਿੰਗ ਮੀਡੀਆ ਨਿਊਜ਼ ਚੈਨਲ ਨੇ ਉਹਨਾਂ ਦੇ ਉੱਪਰ ਖਬਰਾਂ ਪ੍ਰਸਾਰਿਤ ਕੀਤੀਆਂ ਹਨ। ਉਸ ਦੇ ਉੱਪਰ ਇਲੈਕਸ਼ਨ ਕਮਿਸ਼ਨ ਦੀ ਤਿਰਛੀ ਨਜ਼ਰ ਹੈ। ਖੁਦ ਡਿਪਟੀ ਕਮਿਸ਼ਨਰ ਬਠਿੰਡਾ ਨੇ ਇਸ ਕੰਟਰੋਲ ਰੂਮ ਦਾ ਜਾਇਜ਼ਾ ਲੈ ਰਹੇ ਨੇ। ਆਪਾਂ ਗੱਲਬਾਤ ਵੀ ਡੀ ਸਾਹਿਬ ਕਰਦੇ, ਡੀ ਸਾਹਿਬ ਕਿਸ ਤਰ੍ਹਾਂ ਦੀ ਨਜ਼ਰ ਇਲੈਕਸ਼ਨ ਕਮਿਸ਼ਨ ਦੀ ਇਸ ਵਾਰ ਖਾਸ ਤੌਰ 'ਤੇ ਮੀਡੀਆ 'ਤੇ ਰਹੇਗੀ, ਸਕਰੀਨਿੰਗ ਬਕਾਇਦਾ ਖਬਰਾਂ ਦੀ ਹੋਏਗੀ, ਸਿਆਸੀ ਲੀਡਰਾਂ ਦੇ ਬਿਆਨਬਾਜ਼ੀਆਂ 'ਤੇ ਕਿਸ ਤਰ੍ਹਾਂ ਨਜ਼ਰ ਰਹੇਗੀ? ਜਿੱਦਾਂ ਜੀ ਤੁਸੀਂ ਦੇਖ ਰਹੇ ਹੋ ਡਿਸਟ੍ਰਿਕਟ ਬਠਿੰਡਾ ਦਾ ਇਹ MCMC ਇੱਥੇ ਚੱਲ ਰਿਹਾ। ਸੋ ਬਕਾਇਦਾ ਸਾਡੀ ਹਰ ਤਰ੍ਹਾਂ ਦਾ ਮੀਡੀਆ, ਚਾਹੇ ਉਹ ਸੋਸ਼ਲ ਮੀਡੀਆ ਹੋਵੇ, ਚਾਹੇ ਇਲੈਕਟ੍ਰੋਨਿਕ ਹੋਵੇ ਜਾਂ ਪ੍ਰਿੰਟ ਮੀਡੀਆ ਹੋਵੇ, ਉਹਦੇ 'ਤੇ ਸਾਡੀ ਪੈਨੀ ਨਜ਼ਰ ਰਹਿੰਦੀ ਹੈ। ਬਕਾਇਦਾ 24/7 ਇਹ ਚੱਲਦਾ। ਰਾਤ ਨੂੰ ਵੀ ਜੇ ਤੁਸੀਂ ਆ ਕੇ ਦੇਖੋਗੇ ਤਾਂ ਇੱਥੇ ਕਿਸੇ ਵੀ ਤਰ੍ਹਾਂ ਦੀ ਜਿਹੜੀ ਨਿਊਜ਼ ਹੈ ਉਹਨੂੰ ਦੇਖਦੇ ਨੇ। ਤੁਸੀਂ ਦੇਖ ਰਹੇ ਹੋ ਕਿ ਸਕਰੀਨਸ ਲੱਗੀਆਂ ਹੋਈਆਂ ਨੇ, ਅਤੇ ਜਿੱਦਾਂ ਹੀ ਕੋਈ ਇੱਦਾਂ ਦੀ ਨਿਊਜ਼, ਕੋਈ ਦੂਸ਼ਣਬਾਜ਼ੀ ਹੁੰਦੀ ਹੈ ਜਾਂ ਫਿਰ ਕਿਸੇ ਪਰਟੀਕੁਲਰ ਨਿਊਜ਼ ਚੈਨਲ ਦੇ ਉੱਤੇ ਸਾਨੂੰ ਲੱਗਦਾ ਹੈ ਕਿ ਕੋਈ ਪੇਡ ਨਿਊਜ਼ ਹੈ, ਤਾਂ ਉਹਦੀ ਕੰਸਰਨਡ ਜਿਹੜਾ ਓਪਰੇਟਰ ਆ ਉਹਦੀ ਰਿਕਾਰਡਿੰਗ ਕਰਦਾ। ਅਤੇ ਜਿਹੜੀ ਸਾਡੀ MCMC ਕਮੇਟੀ ਬਣਾਈ ਹੋਈ ਹੈ ਡਿਸਟ੍ਰਿਕਟ ਪੱਧਰ ਦੇ ਉੱਤੇ ਮੀਡੀਆ ਮੋਨੀਟਰਿੰਗ ਅਤੇ ਸਰਟੀਫਿਕੇਸ਼ਨ ਦੀ, ਉਹ ਕੰਸਰਨਡ ਨਿਊਜ਼ ਚੈਨਲ ਨੂੰ ਜਾਂ ਕੋਈ ਪੱਤਰਕਾਰ ਹੋਵੇ ਜਾਂ ਫਿਰ ਕੋਈ ਨਿਊਜ਼ ਪੇਪਰ ਹੋਵੇ, ਉਹ ਤੋਂ ਬਕਾਇਦਾ ਉਸ ਚੀਜ਼ ਦਾ ਜਵਾਬ ਮੰਗਦੀ ਹੈ ਕਿ ਇਹ ਪੇਡ ਨਿਊਜ਼ ਕਿਉਂ ਨਾ ਕੰਸਿਡਰ ਕੀਤਾ ਜਾਵੇ। ਉਸ ਤੋਂ ਬਾਅਦ ਜੇ ਸਾਨੂੰ ਲੱਗਦਾ ਕਿ ਇਹਨਾਂ ਦਾ ਜਵਾਬ ਜਿਹੜਾ ਆਇਆ ਹੈਗਾ ਉਹ ਸੈਟਿਸਫੈਕਟਰੀ ਹੈ, ਉਸ ਚੀਜ਼ ਨੂੰ ਫਿਰ ਅਸੀਂ ਫਾਈਲ ਕਰਦੇ ਹਾਂ। ਕਾਰਵਾਈ ਵੀ ਸਰ ਉਸ 'ਤੇ ਹੁੰਦੀ ਹੈ, ਫਾਈਨ ਹੁੰਦਾ, ਅੱਗੇ ਪ੍ਰੋਵੀਜ਼ਨ ਕੀ ਹੁੰਦਾ, ਕਿਸ ਤਰ੍ਹਾਂ ਹੁੰਦਾ? ਅਸੀਂ ਕਮਿਸ਼ਨ ਥਾਈਂ ਇਸ ਚੀਜ਼ ਨੂੰ ਲੈ ਕੇ ਜਾਂਦੇ ਹਾਂ। ਜਿੱਦਾਂ ਡਿਸਟ੍ਰਿਕਟ ਪੱਧਰ ਦੇ ਉੱਤੇ ਇਹ ਕਮੇਟੀ ਬਣੀ ਆ, ਸਟੇਟ ਪੱਧਰ ਦੇ ਉੱਤੇ ਵੀ ਇੱਕ ਕਮੇਟੀ ਬਣੀ ਹੋਈ ਆ, ਉਹਨਾਂ ਦੇ ਵੀ ਸੰਗਿਆਨ 'ਚ ਸਾਡੇ ਵੱਲੋਂ ਇਹ ਲਿਆ ਜਾਂਦਾ ਅਤੇ ਬਕਾਇਦਾ ਕਾਰਵਾਈ ਕੀਤੀ ਜਾਂਦੀ। ਸੋਸ਼ਲ ਮੀਡੀਆ ਮੋਨੀਟਰ ਕਿਵੇਂ ਕਰਦੇ ਹੋ? ਸੋਸ਼ਲ ਮੀਡੀਆ ਦਾ ਟਾਈਮ ਆ ਗਿਆ, ਲੱਗਦਾ ਵੀ ਥੋੜ੍ਹੀ ਜਿਹੀ ਮੋਨੀਟਰਿੰਗ ਕਰਨੀ ਔਖੀ ਜ਼ਰੂਰ ਆ ਉਸ 'ਤੇ, ਟਾਈਮ ਲੱਗ ਜਾਂਦਾ ਉਹਨੂੰ ਟਰੈਕ ਕਰਨ? ਬਿਲਕੁਲ ਜੀ, ਜੇ ਕਮਿਸ਼ਨ ਵੱਲੋਂ ਤੁਸੀਂ ਦੇਖੋਗੇ ਤਾਂ ਸੋਸ਼ਲ ਮੀਡੀਆ ਦਾ ਬਕਾਇਦਾ ਜਦੋਂ ਵੀ ਕੋਈ ਕੈਂਡੀਡੇਟ ਆਪਦਾ ਫੋਰਮ ਭਰਦਾ ਨੋਮੀਨੇਸ਼ਨ ਫੋਰਮ ਦੇ ਨਾਲ, ਉਹਨੂੰ ਆਪਦੇ ਸੋਸ਼ਲ ਮੀਡੀਆ ਅਕਾਊਂਟ ਇੰਸਟਾਗ੍ਰਾਮ, ਟਵਿੱਟਰ ਜਾਂ ਫਿਰ ਫੇਸਬੁੱਕ ਦੀਆਂ ਡਿਟੇਲ ਦੇਣੀਆਂ ਪੈਂਦੀਆਂ ਨੇ, ਅਤੇ ਉਸ 'ਤੇ ਸਾਡੀ ਪੈਨੀ ਨਜ਼ਰ ਰਹਿੰਦੀ ਹੈ। ਉਸ ਤੋਂ ਇਲਾਵਾ ਜਿੰਨੇ ਵੀ ਯੂਟਿਊਬ ਦੇ ਚੈਨਲ ਬਣੇ ਹੋਏ ਨੇ, ਚਾਹੇ ਉਹ ਕੋਈ ਪੱਤਰਕਾਰ ਵੀਰ ਚਲਾ ਰਿਹਾ ਜਾਂ ਕੋਈ ਹੋਰ ਚਲਾ ਰਹੇ ਨੇ, ਉਹਨਾਂ 'ਤੇ ਵੀ ਸਾਡੀ ਪੈਨੀ ਨਜ਼ਰ ਰਹਿੰਦੀ ਹੈ ਤਾਂ ਕਿ ਅਸੀਂ ਦੇਖ ਸਕੀਏ ਕਿ ਕਿਸੇ ਤਰ੍ਹਾਂ ਦੀ ਕੋਈ ਪੇਡ ਨਿਊਜ਼ ਦਾ ਕੋਈ ਇੱਦਾਂ ਦਾ ਪ੍ਰਚਾਰ ਨਾ ਹੋ ਰਿਹਾ ਹੋਵੇ। ਫੇਕ ਅਕਾਊਂਟ ਨੇ ਉਹ ਕਿੱਡਾ ਵੱਡਾ ਚੈਲੇਂਜ ਹੈ? ਬਾਹਰੋਂ ਬੈਠ ਕੇ ਅਪਰੇਟ ਕੀਤੇ ਜਾਂਦੇ ਨੇ, ਆਸਟ੍ਰੇਲੀਆ ਤੋਂ ਕੋਈ, ਕੈਨੇਡਾ ਤੋਂ ਅਪਰੇਟ ਕਰਦਾ ਹੈਗਾ, ਉਹ ਕਿੱਡਾ ਵੱਡਾ ਚੈਲੇਂਜ ਹੈ ਤੁਹਾਡੇ ਵਾਸਤੇ? ਫੇਕ ਜਿਹੜੇ ਜੇ ਕੋਈ ਪ੍ਰੋਫਾਈਲ ਇੱਦਾਂ ਦੀ ਬਣਦੀ ਹੈ ਜਾਂ ਕਿਸੇ, ਚਾਹੇ ਉਹ ਕਿਸੇ ਉਮੀਦਵਾਰ ਵੱਲੋਂ ਸਾਨੂੰ ਕੋਈ ਕੰਪਲੇਂਟ ਆਵੇ ਜਾਂ ਆਮ ਨਾਗਰਿਕ ਵੱਲੋਂ ਕੋਈ ਕੰਪਲੇਂਟ ਆਵੇ, ਤਾਂ ਪੁਲਿਸ ਨਾਲ ਸਾਡਾ ਸਾਈਬਰ ਸੈੱਲ ਨਾਲ ਰਾਬਤਾ ਰਹਿੰਦਾ ਅਤੇ ਉਸ ਚੀਜ਼ ਨੂੰ ਅਕਾਊਂਟ ਨੂੰ ਬੰਦ ਕਰਨ ਲਈ ਫਿਰ ਜਾਂ ਉੱਤੇ ਕਾਰਵਾਈ ਕਰਨ ਲਈ ਅਸੀਂ ਸਾਡੇ ਵੱਲੋਂ ਕਾਰਵਾਈ ਕੀਤੀ ਜਾਂਦੀ ਹੈ। ਕਈ ਤਰ੍ਹਾਂ ਦੀ ਭੜਕਾਊ ਸਮੱਗਰੀ ਵੀ ਇਹਨਾਂ ਇਲੈਕਸ਼ਨਾਂ ਦੇ ਵਿੱਚ ਅੱਗੇ ਸਪਰੈਡ ਕੀਤੀ ਜਾਂਦੀ ਹੈ, ਉਹਦੇ ਖਿਲਾਫ FIR ਦਰਜ ਹੋ ਸਕਦੀ ਹੈ ਜਾਂ ਉਹਦੇ ਖਿਲਾਫ ਵੀ ਕੋਈ ਫਾਈਨ ਦਾ ਪ੍ਰੋਵੀਜ਼ਨ? ਬਿਲਕੁਲ ਜੀ, ਉਹਦੇ ਖਿਲਾਫ ਬਕਾਇਦਾ ਜਿਹੜਾ ਸਾਡਾ ਪੀਨਲ ਪ੍ਰੋਵੀਜ਼ਨ ਹੈ, FIR ਹੁੰਦੀਆਂ ਨੇ, IT Act ਦੇ ਵੀ FIR ਹੁੰਦੀਆਂ ਨੇ। ਇਨਫੈਕਟ ਤੁਹਾਡੇ ਮਾਧਿਅਮ ਰਾਹੀਂ ਮੈਂ ਲੋਕਾਂ ਨੂੰ ਇਹੀ ਕਹਾਂਗਾ ਕਿ ਕਿਸੇ ਵੀ ਤਰ੍ਹਾਂ ਦਾ ਕੋਈ WhatsApp ਮੈਸੇਜ ਜਾਂ ਫਿਰ ਕੋਈ ਹੋਰ ਵੀਡੀਓ ਜਿੱਦਾਂ ਦੀ ਜੇ ਕੋਈ ਵਾਇਰਲ ਹੋ ਰਹੀ ਹੈ ਜਿਸ 'ਤੇ ਤੁਹਾਨੂੰ ਲੱਗਦਾ ਹੈ ਕਿ ਉਹਦੀ ਪੁਸ਼ਟੀ ਨਹੀਂ ਕੀਤੀ ਜਾ ਸਕਦੀ, ਉਹਨੂੰ ਅੱਗੇ ਤੋਂ ਅੱਗੇ ਨਾ ਭੇਜਿਆ ਜਾਵੇ। ਸਾਡਾ ਇੱਕ ਕੰਟਰੋਲ ਰੂਮ ਬਣਿਆ ਹੋਇਆ ਹੈ, ਇੱਕ ਈਮੇਲ ID ਹੈ ਬਕਾਇਦਾ, ਇੱਕ ਫੋਨ ਨੰਬਰ ਹੈਗਾ, ਉਸ 'ਤੇ ਇੱਦਾਂ ਦੀ ਸਮੱਗਰੀ ਤੁਸੀਂ ਭੇਜ ਸਕਦੇ ਹੋ ਤਾਂ ਕਿ ਅਸੀਂ ਉਸ ਚੀਜ਼ ਦਾ ਸੰਗਿਆਨ ਲਈਏ ਅਤੇ ਉਸ ਚੀਜ਼ ਦੇ ਉੱਤੇ ਕਾਰਵਾਈ ਕਰ ਸਕੀਏ। ਲਾਸਟ ਸਵਾਲ ਮੇਰਾ ਸਰ, ਕਿੰਨਾ ਕੁ ਸਟਾਫ ਹੈ
ਕਿਸ ਚੀਜ਼ 'ਤੇ ਮੋਨੀਟਰ ਕਰ ਰਹੇ ਹੋ, ਸੋਸ਼ਲ ਮੀਡੀਆ, ਫੇਸਬੁੱਕ ਜਾਂ ਵਟ ਐਵਰ ਕਿਸ ਕਿਸ ਚੀਜ਼? ਜਿੱਦਾਂ ਮੈਂ ਤੁਹਾਨੂੰ ਦੱਸਿਆ ਜੀ, ਕਿਸੇ ਵੀ ਤਰ੍ਹਾਂ ਦਾ ਮੀਡੀਆ, ਚਾਹੇ ਉਹ ਸਟਾਰਟਿੰਗ ਵਿਦ ਪ੍ਰਿੰਟ ਮੀਡੀਆ, ਜਿੰਨੇ ਵੀ ਸਾਡੇ ਨੈਸ਼ਨਲ ਡੇਲੀ ਨੇ ਜਾਂ ਸਾਡੇ ਸਟੇਟ ਦੇ ਵਿੱਚ ਇੱਥੇ ਡੇਲੀ ਛਪਦੇ ਨੇ ਜਾਂ ਫਿਰ ਲੋਕਲ ਜਿੰਨੇ ਨਿਊਜ਼ ਪੇਪਰ ਨੇ, ਉਹਨਾਂ ਦੀ ਬਕਾਇਦਾ ਅਸੀਂ ਨਿਗਰਾਨੀ ਰੱਖਦੇ ਹਾਂ। ਸਵੇਰ ਤੋਂ ਹੀ ਸਾਡੀਆਂ ਟੀਮ ਜਿੱਦਾਂ ਹੀ ਨਿਊਜ਼ ਪੇਪਰ ਆਉਂਦਾ ਉਹਦੀ ਕਟਿੰਗਸ ਦੇਖਦੀਆਂ ਨੇ, ਸਾਰੀਆਂ ਖਬਰਾਂ ਦੇਖਦੀਆਂ ਨੇ। ਫਿਰ ਉਸ ਤੋਂ ਬਾਅਦ ਜਿਹੜਾ ਇਲੈਕਟ੍ਰੋਨਿਕ ਮੀਡੀਆ ਹੋ ਗਿਆ, ਜਿੰਨੇ ਵੀ ਨੈਸ਼ਨਲ ਜਿੰਨੇ ਤੁਹਾਡੇ ਨਿਊਜ਼ ਚੈਨਲ ਚੱਲਦੇ ਨੇ, ਚਾਹੇ ਉਹ ਅੰਗਰੇਜ਼ੀ ਦੇ ਹੋਣ, ਜਿੱਦਾਂ ਤੁਸੀਂ ਦੇਖੋਗੇ ਹਰ ਸਕਰੀਨ, ਹਰ ਇੱਕ ਐਲਈਡੀ ਦੇ ਉੱਤੇ ਇੱਕ ਇੱਕ ਓਪਰੇਟਰ ਨੂੰ ਅਸੀਂ ਚੈਨਲ ਦਿੱਤੇ ਹੋਏ ਨੇ। ਫਿਰ ਉਸ ਤੋਂ ਬਾਅਦ ਆ ਗਿਆ ਸੋਸ਼ਲ ਮੀਡੀਆ। ਸੋਸ਼ਲ ਮੀਡੀਆ ਦੀ ਵੀ ਇੱਕ ਵੱਖਰੀ ਟੀਮ ਹੈ ਜਿਹੜੀ ਕਿ 24 ਘੰਟੇ ਇਹ ਦੇਖਦੀ ਰਹਿੰਦੀ ਹੈ ਕਿ ਕੋਈ ਕਿਸੇ ਤਰ੍ਹਾਂ ਦੀ ਕੋਈ ਦੂਸ਼ਣਬਾਜ਼ੀ ਜਾਂ ਕੋਈ ਇੱਦਾਂ ਦਾ ਬਿਆਨ ਤਾਂ ਨਹੀਂ ਆਇਆ ਜਿਹਦੇ ਨਾਲ ਕਿਸੇ ਧਰਮ ਨੂੰ, ਕਿਸੇ ਜਾਤ ਨੂੰ ਜਾਂ ਫਿਰ ਕਿਸੇ ਸਮਾਜ ਦੇ ਕਿਸੇ ਅੰਗ ਨੂੰ ਕੋਈ ਇੱਦਾਂ ਦੀ ਠੇਸ ਪਹੁੰਚਦੀ ਹੋਵੇ ਜਾਂ ਫਿਰ ਕਿਸੇ ਪਰਟੀਕੁਲਰ ਕੈਂਡੀਡੇਟ ਦੀ ਛਵੀ ਨੂੰ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੋਵੇ, ਉੱਤੇ ਸਾਡਾ 24 ਘੰਟੇ ਪੈਣੀ ਨਜ਼ਰ ਰਹਿੰਦੀ ਹੈ ਜੀ। ਬਿਲਕੁਲ ਕੋਈ ਦੋ ਰਹਿ ਨਹੀਂ ਹੈ, ਪ੍ਰਸ਼ਾਸਨ ਹੈ, ਅਲਰਟ ਨਜ਼ਰ ਆ ਰਿਹਾ, ਇਲੈਕਸ਼ਨ ਕਮਿਸ਼ਨ ਹੈ, ਕਿਤੇ ਨਾ ਕਿਤੇ ਜਾ ਕੇ ਚਾਹੇ ਉਹ ਸੋਸ਼ਲ ਮੀਡੀਆ ਹੋਵੇ, ਟੈਲੀਵਿਜ਼ਨ ਮੀਡੀਆ ਹੋਵੇ ਜਾਂ ਫੇਕ ਖਬਰ ਹੋਵੇ, ਉਸ 'ਤੇ ਕਿਤੇ ਨਾ ਕਿਤੇ ਸਖਤੀ ਦੇ ਮੂਡ ਦੇ ਵਿੱਚ ਨਜ਼ਰ ਆ ਰਿਹਾ। ਬਠਿੰਡਾ ਤੋਂ ਸੂਰਜ ਪਾਨ, ਨਿਊਜ਼ 18 ਪੰਜਾਬ।